अंकल जी एक गल होर मैं वैसे तुम कहनी चाहना, क्योंकि जो चलो ब्याह शादी का ही प्रोग्राम है ना, वो भी असं अपने कल्चर के गीत जो ब्याह के गीत आ साडे सोसाइटी ठीक लगते असं उही गाने। हाँ जेड़ा कोई हाँ असं मतलब 100% कह नहीं सकते, कई कई गीत गलत भी गाँवते है, पर सारे ग्रुप यहोजे नहीं भी जो गलत गीत गाँवे हो गए। ਸਾਡੀਆਂ ਧੀਆਂ ਭੈਣਾਂ ਸਾਰਿਆਂ ਦੇ ਹੁੰਦੀਆਂ ਕੈਸਟਾਂ ਘਰ ਵੀ ਸੁਣਦੇ, ਨਾਲੇ ਤੁਸੀਂ ਮੇਰਾ ਘਰ ਕਾਫੀ ਪੁਰਾਣੀ ਗੱਲ ਕਰ ਰਹੇ ਹੋ, ਜਦੋਂ ਮਤਲਬ ਨਵੇਂ ਨਵੇਂ ਹਲੇ ਗਰੁੱਪ ਉੱਠੇ ਸੀ, ਪਰ ਹੁਣ ਤਾਂ ਗਰੁੱਪਾਂ ਦੇ ਵਿੱਚ ਬੜੀ ਜਾਗ੍ਰਿਤੀ ਆ ਚੁੱਕੀ ਆ, ਸਾਰੀ ਦੁਨੀਆ ਦੇ ਵਿੱਚ ਅਸੀਂ ਗਾ ਚੁੱਕੇ ਹਾਂ, ਔਰ ਤਕਰੀਬਨ ਮੇਰੇ ਖਿਆਲ ਤਾਂ ਨਹੀਂ ਕੋਈ ਜਿਹੜਾ ਕੋਈ ਕਲਚਰ ਤੋਂ ਡਿੱਗਿਆ ਜਾਂ ਕੋਈ ਜਿਹੜਾ ਅਸੀਂ ਧੀ ਭੈਣ 'ਚ ਨਹੀਂ ਬੈਠ ਕੇ ਗੀਤ ਸੁਣ ਸਕਦੇ ਜਿਹੜਾ ਅਸੀਂ ਰਿਕਾਰਡ ਕੋਈ ਕੀਤਾ ਹੋਵੇ ਐਸਾ, ਔਰ ਜਿਹਨੂੰ ਕਾਫੀ ਤੁਸੀਂ ਮੇਰੇ ਖਿਆਲ ਪੁਰਾਣੀਆਂ ਗੱਲਾਂ ਕਰ ਰਹੇ ਹਾਂ, ਜਾਂ ਜਿਹੜੇ ਕਰਕੇ ਗਰੁੱਪ ਪੁਰਾਣੇ ਸੀ ਉਹ ਜਾਣੀ ਸ਼ਰਾਬ ਦਾ ਗਲਾਸ ਵੀ ਰੱਖਦੇ ਹੋਣੇ ਆ, ਜਾਂ ਇੱਕ ਹੱਥ ਨਾਲ ਕੀਬੋਰਡ ਵਜਾਉਂਦੇ ਸੀ ਤੇ ਇੱਕ ਹੱਥ ਨਾਲ ਚਿਕਨ ਖਾਈ ਜਾਣੀ। ਹੁਣ ਮੇਰੇ ਖਿਆਲ ਉਹ ਨਹੀਂ ਰਹਿ ਗਿਆ ਜ਼ਮਾਨਾ, ਕਿਉਂਕਿ ਹੁਣ ਤੁਸੀਂ ਜਦੋਂ ਪ੍ਰੋਗਰਾਮ ਵੇਖੋਗੇ ਤੇ ਉਹ ਮਤਲਬ ਤੁਸੀਂ ਓਨੇ ਹੀ ਗੁਰਦੁਆਰੇ ਦੇ ਵਿੱਚ ਜਾਂ ਓਨੇ ਹੀ ਜਿੱਦਾਂ ਤੁਸੀਂ ਬਾਹਰ ਵੀ ਹੁਣ ਤੁਸੀਂ ਗੀਤ ਸੁਣਦੇ ਆ ਮਾਵਾਂ ਠੰਡੀਆਂ ਛਾਵਾਂ, ਫਿਰ ਤੁਸੀਂ ਗੀਤ ਸੁਣਦੇ ਪੰਜਾਬ ਮੇਰਾ ਰਹੇ ਵਸਦਾ, ਅੰਬਰਾਂ ਨੂੰ ਤੂੜਾ ਉੜਦੀਆਂ ਜਦੋਂ ਜੱਟ ਭੰਗੜੇ ਪਾਉਂਦੇ, ਕੋਈ ਵੀ ਗਾਣਾ ਜਿਹੜਾ ਕੋਈ ਵੀ ਤੁਸੀਂ ਸੁਣਦੇ ਆ ਉਹ ਤਕਰੀਬਨ ਅਸੀਂ ਤਾਂ ਨਹੀਂ ਸੁਣਦੇ, ਜਿਹੜਾ ਵਗਦਾ ਯਾਰ ਲਈ, ਜਿਹੜਾ ਦੁੱਧ ਦਾ ਪਿਆਰ ਲਈ, ਵੈਰੀ ਦੀ ਅਲਖ ਮੁਕਾਵੇ, ਉਹ ਹੈ ਲਹੂ ਪੰਜਾਬ ਦਾ, ਅਸੀਂ ਤਾਂ ਪੰਜਾਬ ਦੇ ਹੀ ਗੀਤ ਜਿਹੜੇ ਮਤਲਬ ਨਹੀਂ ਨਹੀਂ ਫਿਰ ਮੈਂ ਉਹੀ ਨਾ, ਕਿਉਂਕਿ ਜਿਹੜੀ ਹਾਂਜੀ ਜਿਹੜੇ ਦੂਸਰੇ ਲੋਕ ਸੁਣਦੇ ਨਾ, ਅਸੀਂ ਤੁਹਾਡਾ ਕਮੈਂਟ ਪਹਿਲਾਂ ਸੁਣਨਾ ਚਾਹੁੰਦੇ ਜੀ, ਕਿਉਂਕਿ ਅਸੀਂ ਅੱਜ ਵਿਸਾਖੀ 'ਤੇ ਇਕੱਠੇ ਹੋਏ ਹਾਂ, ਮੈਂ ਮਲਕੀਤ ਸਿੰਘ ਹੁਣ ਬੋਲ ਰਿਹਾ ਜੀ, ਪਹਿਲਾਂ ਤਾਂ ਸਾਡੇ ਨਾਲ ਭੰਮਰਾ ਜੀ ਗੱਲ ਕਰ ਰਹੇ ਸੀ, ਕਿਉਂਕਿ ਅਸੀਂ ਕੋਈ ਇਸ਼ੂ ਨਹੀਂ ਇਹਨੂੰ ਬਣਾਉਣਾ ਚਾਹੁੰਦੇ ਕਿ ਅਸੀਂ ਕੋਈ ਬਹੁਤ ਡਿਸਪਿਊਟ ਹੈ ਵੀ ਸਾਨੂੰ ਕਿਉਂ ਨਹੀਂ ਜਾਣਾ ਦਿੰਦਾ ਜਾਂ ਕਿੱਦਾਂ ਨਹੀਂ ਹੈ, ਮਤਲਬ ਤੁਸੀਂ ਇਹ ਅਸੀਂ ਤਾਂ ਇਹ ਆਪਣਾ ਚਾਹੁੰਦੇ ਹਾਂ ਕਿ ਜੇ ਸਾਨੂੰ ਕਿਹਾ ਜਾਵੇ ਤਾਂ ਅਸੀਂ ਫਰੀ ਆਫ ਕੋਸਟ ਜਿੱਥੇ ਅਸੀਂ ਪੈਸੇ ਚਾਰਜ ਕਰਦੇ ਹਾਂ ਹੋਰ ਪ੍ਰੋਗਰਾਮ ਕਰਨ ਲਈ, ਅਸੀਂ ਗੁਰਦੁਆਰੇ ਫਰੀ ਪ੍ਰੋਗਰਾਮ ਕਰ ਸਕਦੇ ਹਾਂ, ਜੋ ਪੈਸੇ ਹੋਣਗੇ ਜਾਂ ਹੋਰ ਹੋਗੇ ਉਹ ਵੀ ਉਹ ਰੱਖ ਸਕਦੇ ਨੇ, ਔਰ ਉਹਦੇ ਨਾਲ ਗੁਰਦੁਆਰੇ ਲਈ ਵੀ ਕੋਈ ਤਰੱਕੀ ਹੋ ਸਕਦੀ ਆ ਅਤੇ ਚਾਰ ਨਿਆਣੇ ਵੀ ਉੱਥੇ ਇਕੱਠੇ ਹੋ ਸਕਦੇ ਆ, ਤਾਂ ਕਿ ਥੋੜ੍ਹਾ ਜਿਹਾ ਕਲਚਰ ਨੂੰ ਹੋਰ ਪ੍ਰਮੋਟ ਕੀਤਾ ਜਾਵੇ। ਉਹ ਵੀ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਅਸੀਂ ਰੋਜ਼ ਹੀ ਉੱਥੇ ਮਤਲਬ ਜਾਂ ਆਈ ਰਹੀਏ ਗੁਰਦੁਆਰੇ, ਜਦੋਂ ਕੋਈ ਦਿਨ ਸੋ ਦਿਆ ਕੋਈ ਹੈ ਨਾ ਸੋਹਣਾ ਜਿਹਾ, ਅਤੇ ਆਪਾਂ ਚਾਹੁੰਦੇ ਹਾਂ ਵੀ ਚਲੋ ਵੀ ਆਪਾਂ ਨੂੰ ਉੱਥੇ ਸੱਦਿਆ ਜਾਵੇ ਔਰ ਵਧੀਆ ਢੰਗ ਨਾਲ ਕੋਈ ਗੱਲਬਾਤ ਕੀਤੀ ਜਾਵੇ। That's a nice comment there. I think we'll aim that there. Mahinder ji, ਤੁਹਾਡਾ ਬਹੁਤ ਬਹੁਤ ਸ਼ੁਕਰੀਆ। And we're just going to take one last call before Malkit ji does the one last song. ਕਦੀ ਹੋ ਰਿਹਾ ਕਈ ਵਾਰੀ ਅਸੀਂ ਵਿਆਹ ਸ਼ਾਦੀਆਂ ਤੇ ਗੁਰਦੁਆਰੇ ਗੋਰੇ ਵੀ ਤਾਂ ਆਉਂਦੇ, ਉਹ ਸਪੀਚ ਕਰਦੇ ਉੱਥੇ ਆ ਕੇ, ਠੀਕ ਹੈ ਨਹੀਂ, ਉਹ ਸਪੀਚ ਕਰਦੇ ਆ, ਉਹ ਵੀ ਤਾਂ ਮੋਨੇ ਹੀ ਹੁੰਦੇ ਆ, ਨਿਕਲੇ ਤੋਂ ਪੱਗ ਵੀ ਨਹੀਂ ਹੁੰਦੀ ਆ, ਅਸੀਂ ਉਹਨਾਂ ਨੂੰ ਚਾਂਸ ਦਿੰਦੇ ਸਟੇਜ ਤੇ ਖੜੇ ਹੋ ਕੇ। ਚਲੋ ਪਵਨਾ ਜੀ ਆਪਾਂ ਵੈਸੇ ਜਨਰਲੀ ਗੱਲ ਕਰਨਾ, ਇਦਾਂ ਤਾਂ ਫਿਰ ਗੁਰਦੁਆਰੇ ਜੇ ਆਪਾਂ ਬਾਅਦ ਚ ਵਿਆਹ ਤੇ ਗਾਉਂਦੇ ਤਾਂ ਜਨੇਰ ਸਾਰੀ ਬੈਠੀ ਹੁੰਦੀ ਉੱਥੇ ਗੁਰਦੁਆਰੇ, ਉਹ ਵੀ ਤਾਂ ਜਾਗ ਪਹਿਲਾਂ ਪੀਂਦੇ ਤਾਂ ਮੈਂ ਪੰਪ ਤਾਂ ਨਹੀਂ ਖੋਲਦਾ। ਚਲੋ ਖੈਰ ਆਪਾਂ ਕਿਸੇ ਨੂੰ ਸਾਡਾ ਮੇਨ ਮਕਸਦ ਇੱਥੇ ਇਕੱਠੇ ਹੋ ਕੇ ਵਿਸਾਖੀ ਮਨਾਉਣ ਦਾ, ਨਾ ਕਿ ਆਪਾਂ ਕਿਸੇ